ਫਗਵਾੜਾ ਜਿਮਨੀ ਚੋਣ ਨੂੰ ਲੈ ਕੇ ਹਲਕਾ ਫਗਵਾੜਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਜੇਸ਼ ਬਾਗਾ ਦੇ ਹੱਕ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਵਾਰਡ ਨੰਬਰ 4 ਅਤੇ ਵਾਰਡ ਨੰਬਰ 13 ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਰਜੇਸ਼ ਬਾਗਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਸੋਮ ਪ੍ਰਕਾਸ਼ ਨੇ ਲੋਕਾਂ ਨੂੰ ਭਾਜਪਾ ਦੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਉਹ ਇਹ ਚੋਣ ਨਰਿੰਦਰ ਮੋਦੀ ਦੇ ਨਾਮ ਅਤੇ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਮੁੱਖ ਰੱਖਦੇ ਹੋਏ ਲੜ ਰਹੇ ਹਨ। ਮੰਤਰੀ ਜੀ ਬਹੁਤ ਕੰਮ ਕਰਦੇ ਨੇ, ਮੇਰੇ ਬੜੇ ਕੰਮ ਕੀਤੇ ਨੇ, ਕਰੋੜਾਂ ਰੁਪਏ ਦੇ ਕੰਮ ਕੀਤੇ ਜਿਹੜੇ ਕਦੇ ਨਹੀਂ ਕਿਸੇ ਨੇ ਕੀਤੇ, ਉਹ ਅੱਜ ਹੋਏ ਨੇ। ਉਦੋਂ ਬੋਲਦਾ ਹੁੰਦਾ ਸੀ ਟੀਵੀ 'ਤੇ, ਸੁਣਿਆ ਹੋਣਾ ਬੋਲਦਿਆਂ ਨੂੰ, ਹੁਣ ਪਤਾ ਨਹੀਂ ਸਭ ਕੀ ਸੋਚ ਸੁੰਘ ਗਿਆ, ਹੁਣ ਉਹ ਬੋਲਦਾ ਹੀ ਨਹੀਂ ਹੈ। ਦੇਖੋ ਜਿਹੜਾ ਬੰਦਾ ਕਿਰਤ ਕਣ ਹੋ ਜੇ, ਜਿਹੜਾ ਵਿਸ਼ਵਾਸ ਘਾਤੀ ਹੋ ਜੇ, ਜਿਹੜਾ ਕੀਤੇ ਨੂੰ ਨਾ ਜਾਣੇ, ਜਿਹੜਾ ਮੌਕਾ ਪ੍ਰਸਤ ਬੰਦਾ ਹੋਵੇ, ਉਹ ਤੋਂ ਪਿੱਛੇ ਹਟਣਾ ਚਾਹੀਦਾ। ਵੀਰੇ ਰਾਮ ਸਾਡੇ ਜਾਣੇ ਪਛਾਣੇ, ਤੁਹਾਡੇ ਨਾਲ ਹਮੇਸ਼ਾ ਵਰਤੇ ਨੇ ਔਰ ਹਮੇਸ਼ਾ ਤੁਹਾਡੇ ਕੰਮ ਕਾਰ ਕਰਦੇ ਨੇ। ਹਲੇ ਵੀ ਕਦੇ ਬਿਮਾਰ ਵੀ ਹੋਇਆ ਪਰ ਇਹਨੇ ਕੰਮ ਕਰਨਾ ਛੱਡਿਆ ਨਹੀਂ, ਸਾਰਿਆਂ ਦੇ ਕੰਮ ਕੀਤੇ ਨੇ। ਸੋ ਹੁਣ ਚੋਣ ਜਿਹੜੀ ਹੈ 21 ਤਰੀਕ ਨੂੰ ਵੋਟਾਂ ਪੈਣੀਆਂ, ਵਿਕਾਸ ਅਸੀਂ ਤੁਹਾਡਾ ਕਰਨਾ ਦੱਬ ਕੇ, ਕਿਉਂਕਿ ਤੁਹਾਡਾ ਹੱਕ ਹੈ। ਔਰ ਇਹ ਜਿਹੜੀ ਚੋਣ ਹੈ ਇਹ ਮੋਦੀ ਸਾਹਿਬ ਦੇ ਨਾਂ 'ਤੇ ਅਸੀਂ ਲੜਨ ਲੜ ਰਹੇ ਹਾਂ, ਸਾਰੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ। ਦੇਸ਼ ਦਾ ਨਾਂ ਚਮਕਾਇਆ ਸਾਰੀ ਦੁਨੀਆਂ ਵਿੱਚ ਮੋਦੀ ਜੀ ਨੇ ਔਰ ਦੇਸ਼ ਨੂੰ ਇਕੱਠਾ ਕੀਤਾ ਮੋਦੀ ਜੀ ਨੇ, ਇਸ ਕਰਕੇ ਅੱਜ ਉਹਨਾਂ ਦੇ ਨਾਂ 'ਤੇ ਅਸੀਂ ਚੋਣ ਲੜ ਰਹੇ ਹਾਂ। ਬਾਘਾ ਜੀ ਦੀ ਚੋਣ ਲੜੀ ਨਹੀਂ ਸੋਮ ਪ੍ਰਕਾਸ਼ ਨੇ, ਇਹ ਨਰਿੰਦਰ ਭਾਈ ਮੋਦੀ ਦੀ ਚੋਣ ਦੇ ਅਸੀਂ ਲੜ ਰਹੇ ਹਾਂ। ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ, ਬੇਨਤੀ ਹੈ ਕਿ ਜਿੱਦਾਂ ਤੁਸੀਂ ਪਿਆਰ ਸਤਿਕਾਰ ਮੈਨੂੰ ਦੇ ਰਹੇ ਹੋ, ਜਿੱਦਾਂ ਤੁਸੀਂ ਮੈਨੂੰ 3-4 ਵਾਰੀ ਇੱਥੇ ਜਿਤਾਇਆ, ਜਦੋਂ ਵੀ ਤੁਹਾਡੇ ਕੋਲ ਆਏ ਹਾਂ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ, ਬਹੁਤ ਮਾਣ ਦਿੱਤਾ, ਉਸੇ ਤਰ੍ਹਾਂ ਰਜੇਸ਼ ਬਾਗਾ ਜੀ ਨੂੰ ਜਿਤਾ ਕੇ। ਇਸ ਮੌਕੇ ਵਾਰਡ ਵਾਸੀਆਂ ਨੇ ਕਿਹਾ ਕਿ ਸੋਮ ਪ੍ਰਕਾਸ਼ ਨੇ ਉਹਨਾਂ ਦੇ ਸ਼ਹਿਰ ਵਿੱਚ ਬਹੁਤ ਵਿਕਾਸ ਕਰਵਾਇਆ ਹੈ ਅਤੇ ਉਹ ਰਜੇਸ਼ ਬਾਗਾ ਨੂੰ ਜਿਤਾ ਕੇ ਇਸ ਵਿਕਾਸ ਲੜੀ ਨੂੰ ਜਾਰੀ ਰੱਖਣਗੇ। ਅੱਜ ਅਸੀਂ 13 ਨੰਬਰ ਵਾਰਡ ਦੇ ਵਿੱਚ ਆਪਣੇ ਬਹੁਤ ਹੀ ਮੀਟਿੰਗ ਕੀਤੀ ਹੈ ਅਤੇ ਇਹਦੇ ਵਿੱਚ ਅਕਾਲੀ ਬੀਜੇਪੀ ਜੋ ਸਾਡੇ ਕੈਂਡੀਡੇਟ ਆ ਰਜੇਸ਼ ਬਾਗਾ ਜੀ, ਉਹਨਾਂ ਲਈ ਅਸੀਂ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਮੈਨੂੰ ਮੇਰੇ ਮੁਹੱਲਾ ਨਿਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਮੈਂ ਉਹਨਾਂ ਤੋਂ ਵੀ ਇਹੀ ਆਸ ਕਰਦਾ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਅਤੇ ਉਹਨੂੰ ਜਿਤਾਉਣ ਅਤੇ ਜੋ ਵੀ ਸਾਡੇ ਫਗਵਾੜੇ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਉਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਜਿਸ ਤਰ੍ਹਾਂ ਤੁਸੀਂ ਹਰ ਵਾਰ ਜੋ ਇਲੈਕਸ਼ਨ ਦੇ ਤੁਸੀਂ ਸੋਮ ਪ੍ਰਕਾਸ਼ ਜੀ ਬਹੁਤ ਮਤਲਬ ਹਮਾਇਤ ਕਰਦੇ ਹਾਂ ਅਤੇ ਵਾਰਡ 'ਚ ਵੱਧ ਵੱਧ ਵੋਟਾਂ ਪੈਂਦੀਆਂ ਆ, MP ਜੀ ਦੀਆਂ ਇਲੈਕਸ਼ਨ ਸੀ ਉਦੋਂ ਵੀ ਤੁਸੀਂ ਸੋਮ ਪ੍ਰਕਾਸ਼ ਜੀ ਨੂੰ ਵੱਡੀ ਲੀਡਾਂ 'ਚ ਜਿਤਾਇਆ, ਇਸ ਵਾਰ ਵੀ ਕੀ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਤੁਹਾਡ੏ ਵਾਰਡ 'ਚੋਂ? ਇਸ ਵਾਰੀ ਵੀ ਅਸੀਂ ਆਪਣੇ ਵਾਰਡ ਤੋਂ ਵੱਧ ਤੋਂ ਵੱਧ ਲੀਡ ਜਿਤਾਵਾਂਗੇ, ਜਿੱਦਾਂ ਅੱਗੇ ਵੀ ਵਾਰਡ ਦੇ ਵਿੱਚੋਂ ਲੀਡ ਜਿਤਾਈ ਸੀ, ਹੁਣ ਵੀ ਵੱਧ ਤੋਂ ਵੱਧ ਵੋਟਾਂ ਨਾਲ ਆਪਾਂ ਲੀਡ ਜਿਤਾਵਾਂਗੇ ਅਤੇ ਇਹੀ ਹੈ ਕਿਉਂਕਿ ਸਾਨੂੰ ਸੋਮ ਪ੍ਰਕਾਸ਼ ਜੀ ਨੇ ਬਹੁਤ ਹੀ ਕੁਛ ਕੀਤਾ ਸ਼ਹਿਰ ਲਈ। ਅਸੀਂ ਕਹਿੰਦੇ ਹਾਂ ਕਿ ਜੋ ਸਾਡੇ ਸ਼ਹਿਰ ਲਈ ਕੀਤਾ ਉਹ ਸਾਡੇ ਅੱਗੇ ਮੁਹੱਲੇ ਲਈ ਵੀ ਕਰਨ, ਅਤੇ ਸਾਡੇ ਜੋ ਮੁਹੱਲੇ ਲਈ ਵੀ ਆ ਉਹਨਾਂ ਨੇ ਸੀਗਾ ਆਂਟੀ ਹੋਣਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਜੋ ਵੀ ਮੁਹੱਲੇ ਦੀਆਂ ਦਿੱਕਤਾਂ ਆ ਮੈਂ ਪਹਿਲ ਦੇ ਆਧਾਰ 'ਤੇ ਨਾਲ ਆਪ ਖੜ ਕੇ ਕੰਮ ਕਰਾਊਂਗਾ। ਇਸ ਮੌਕੇ ਨੀਤਾ ਸੋਮ ਪ੍ਰਕਾਸ਼, ਸਰਵਨ ਸਿੰਘ ਕੁਲਾਰ, ਰਕੇਸ਼ ਦੁੱਗਲ ਤੋਂ ਇਲਾਵਾ ਅਕਾਲੀ ਭਾਜਪਾ ਲੀਡਰਸ਼ਿਪ ਅਤੇ ਵਾਰਡ ਵਾਸੀ ਹਾਜ਼ਰ ਸਨ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।